ਕਾਰਨ ਸ਼ਹਿਰ ਵਿੱਚ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਮਾਂ ਪੁੱਤਰ ਕੋਲੋਂ ਪਿਸਤੌਲ ਦੀ ਨੋਕ 'ਤੇ ਐਕਟਿਵਾ ਸਕੂਟੀ ਅਤੇ 2.5 ਲੱਖ ਰੁਪਏ ਖੋਹ ਕੇ ਲੈ ਗਏ। ਤਰਨ ਤਾਰਨ ਸ਼ਹਿਰ ਬਾਬਾ ਜੀਵਨ ਸਿੰਘ ਨਗਰ ਦੀ ਗਲੀ ਅੰਦਰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਮੋਟਰਸਾਈਕਲ ਸਵਾਰ ਮਾਂ ਪੁੱਤਰ ਐਕਟਿਵਾ ਸਵਾਰ ਨੂੰ ਜਬਰੀ ਰੋਕ ਕੇ ਪਿਸਤੌਲ ਦੀ ਨੋਕ 'ਤੇ ਐਕਟਿਵਾ ਖੋਹ ਕੇ ਲੈ ਗਏ। ਜੋ ਐਕਟਿਵਾ ਦੀ ਡਿੱਗੀ ਵਿੱਚ ਪਏ 2.5 ਲੱਖ ਰੁਪਏ ਪਏ ਸੀ ਉਹ ਵੀ ਖੋਹ ਕੇ ਲੈ ਗਏ। ਮਾਂ ਪੁੱਤ ਵੱਲੋਂ ਤੁਰੰਤ ਹੀ ਥਾਣਾ ਸਿਟੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਤੁਰੰਤ ਹੀ ਥਾਣਾ ਸਿਟੀ ਪੁਲਿਸ ਜਾਂਚ ਵਿੱਚ ਜੁਟ ਗਈ ਅਤੇ CCTV ਕੈਮਰੇ ਰਾਹੀਂ ਪੜਤਾਲ ਕੀਤੀ ਜਾ ਰਹੀ ਹੈ। ਕੁਝ CCTV ਕੈਮਰੇ ਦੀ ਫੁਟੇਜ ਵੀ ਮਿਲੀ। ਬਲਜੀਤ ਕੌਰ ਨੇ ਦੱਸਿਆ ਕਿ ਮੇਰੇ ਪਤੀ ਨੇ ਕਿਸੇ ਕੋਲੋਂ ਪੈਸੇ ਲੈਣੇ ਸਨ। ਉਹ ਬੀਤੀ ਰਾਤ ਨੂੰ 9 ਵਜੇ ਕਰੀਬ ਪੈਸੇ ਲੈਣੇ ਵਾਲੇ ਦੇ ਘਰੋਂ ਪੈਸੇ ਲੈ ਕੇ ਕੁਝ ਦੂਰੀ 'ਤੇ ਮੈਂ ਅਤੇ ਮੇਰਾ ਲੜਕਾ ਆਪਣੀ ਐਕਟਿਵਾ ਉੱਪਰ ਸਵਾਰ ਹੋ ਕੇ ਆਪਣੇ ਘਰ ਨੂੰ ਤੁਰ ਕੇ ਆ ਰਹੇ ਹਾਂ। ਪਿੱਛੇ ਇੱਕ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਵੱਲੋਂ ਪਿਸਤੌਲ ਦੀ ਨੋਕ 'ਤੇ ਸਾਨੂੰ ਜ਼ਬਰੀ ਰੋਕ ਕੇ ਮੇਰੀ ਐਕਟਿਵਾ ਖੋਹ ਕੇ ਲੈ ਗਏ, ਜੋ ਡਿੱਗੀ ਵਿੱਚ ਪਏ 2.5 ਲੱਖ ਰੁਪਏ ਵੀ ਲੈ ਗਏ। ਪਰ ਸਵੇਰੇ ਨੇੜੇ ਪਿੰਡ ਦੇ ਸੜਕ ਉੱਪਰ ਖੜ੍ਹੀ ਕੀਤੀ ਹੋਈ ਐਕਟਿਵਾ ਮਿਲ ਗਈ, ਹੁਣ ਇਸ ਵਕਤ ਥਾਣਾ ਸਿਟੀ ਵਿੱਚ ਖੜ੍ਹੀ ਹੈ। ਤਰਨ ਤਾਰਨ ਤੋਂ ਸੋਨੂੰ ਫਤਿਹਾਬਾਦ ਦੀ ਖਾਸ ਰਿਪੋਰਟ। ਮੇਰਾ ਨਾਮ ਅਮ੍ਰਿਤਪਾਲ ਸਿੰਘ ਆ ਅਤੇ ਅਸੀਂ ਇੱਧਰੋਂ ਪੈਸੇ ਲੈਣੇ ਸੀ ਕਿਸੇ ਤੋਂ ਅਤੇ ਉਹਦੇ ਘਰੋਂ ਅਸੀਂ ਆਉਂਦੇ ਹਾਂ। ਜਦੋਂ ਅਤੇ ਆਉਂਦੇ ਆਉਂਦੇ ਨਾ ਘਰ ਦੇ ਬਾਹਰ ਦੋ ਮੁੰਡੇ ਆਏ ਸਪਲੈਂਡਰ 'ਤੇ ਅਤੇ ਸਾਨੂੰ ਮੇਰੀ ਭੈਣ ਨੂੰ ਪਿਸਤਲ ਵਿਖਾ ਦਿੱਤੀ ਅਤੇ ਮੈਨੂੰ ਨਾ ਦਾਤਰ ਮਾਰਨ ਪਏ ਅਤੇ ਕਹਿੰਦੇ ਚਾਬੀ ਦਿਓ ਚਾਬੀ ਦਿਓ ਅਤੇ ਸਕੂਟੀ ਚਾਬੀ ਲੈ ਕੇ ਨਾਲ ਹੀ ਭੱਜ ਗਏ। ਸਕੂਟੀ ਦੇ ਵਿੱਚ 2.5 ਲੱਖ ਰੁਪਇਆ ਪਿਆ ਸੀ। ਪੈਸੇ ਕਿੱਥੋਂ ਲੈਂਦੇ ਤੁਸੀਂ? ਪੈਸੇ ਅਸੀਂ ਉਹ ਅੱਗੇ ਘਰ ਹੈਗਾ ਵਾ, ਉਹ ਅੱਗੇ ਜਾ ਕੇ ਐਂਡ 'ਤੇ ਘਰ ਹੈਗਾ ਉਹਨਾਂ ਦਾ, ਉਹਨਾਂ ਕੋਲ ਪੈਸੇ ਸੀ। ਸਰਦਾਰ ਕੀ ਮੋਨੇ? ਦੋਵੇਂ ਮੋਨੇ। ਕੀ ਵੈਪਨ ਸੀ ਉਹਨਾਂ ਕੋਲ? ਇੱਕ ਸੜਕ ਤੇ ਗਏ ਤੇ ਜਾਨ ਪਛਾਣ ਨਿਕਲੇ ਦੋ ਚਾਰ ਜਣੇ, ਪਰ ਉਹਨਾਂ ਨਾਲ ਅਸੀਂ ਪੁਲਿਸ ਰਿਪੋਰਟ ਲਿਖਾਉਣ ਲਈ। ਸਕੂਟਰੀ ਬਰਾਮਦ ਹੋ ਗਈ ਤੁਹਾਡੀ? ਹਾਂਜੀ, ਸਕੂਟਰੀ ਅੱਜ ਸਵੇਰੇ ਕਿਸੇ ਦਾ ਫੋਨ ਆਇਆ ਸੀ, ਉਹ ਕਹਿੰਦੇ ਤੁਹਾਡੀ ਸਕੂਟਰੀ ਭਲਾ ਸੋਰ ਨੂੰ ਮਿਲੀ ਆ ਅਤੇ ਉੱਥੋਂ ਲੈ ਗਏ ਆ ਉਹ, ਅਤੇ ਫਿਰ ਪੁਲਿਸ ਦੇ ਨਾਲ ਜਾ ਕੇ ਫਿਰ ਸਕੂਟਰੀ ਲੈ ਕੇ ਆਏ, ਲੇਕਿਨ ਸਕੂਟਰੀ ਡਿੱਗੀ ਟੁੱਟੀ ਹੋਈ ਸੀ। ਵੀਰ ਜੀ, ਸਾਨੂੰ ਨਾ ਫੋਨ ਆਇਆ ਮੇਰੇ ਹਸਬੈਂਡ ਦਾ ਕਿ ਰਿੰਕੇ ਭਾਅ ਜੀ ਦਾ ਫੋਨ ਆਇਆ ਵਾ, ਆ ਕੇ ਤਾਂ ਪੈਸੇ ਲੈ ਜਾਓ ਤੁਸੀਂ, ਭਾਵੇਂ ਆਪਣੇ ਬੱਚੇ ਭੇਜ ਦਿਓ ਤੁਸੀਂ ਆਪ ਆ ਜਾਓ। ਮੈਂ ਨਹੀਂ, ਮੈਂ ਬੱਚੇ ਨਹੀਂ, ਮੈਂ ਆਪ ਆਉਂਦੀ ਹਾਂ ਨਾਲ ਬੇਟੇ ਦੇ। ਜਦੋਂ ਅਸੀਂ ਆਏ ਹਾਂ ਅਤੇ ਆ ਕੇ ਉਹਨਾਂ ਘਰ ਬੈਠੇ ਹਾਂ ਅਤੇ ਗੱਲਾਂ ਬਾਤਾਂ ਕਰਦੇ ਰਹੇ, ਸਾਡਾ ਟਾਈਮ ਜਿੱਦਾਂ ਲੰਘਾਉਂਦੇ ਸੀ ਉਹ ਪਤਾ ਨਹੀਂ ਮੈਨੂੰ ਇਹਨਾਂ ਦੀ ਕੀ, ਅਤੇ ਟਾਈਮ ਲੰਘਾਉਂਦੇ ਲੰਘਾਉਂਦੇ ਮੈਂ ਆਪ ਹੀ ਗਿਆ ਵੀਰ ਜੀ, ਪੈਸੇ ਗਿਣੇ ਤੁਸੀਂ, ਆਉਂਦੇ ਇੱਕ ਵਾਰੀ ਤੁਸੀਂ ਗਿਣ ਲਓ ਪੈਸੇ ਜਦੋਂ ਗਿਣੇ ਆ, ਅਤੇ ਆਉਂਦੇ 1000 ਰੁਪਇਆ ਘੱਟ ਆ, 2.5 ਲੱਖ 'ਚ ਤੁਹਾਨੂੂੰ ਮੈਂ ਗੂਗਲ ਪੇ ਕਰ ਦਿੰਦਾ ਹੈ। ਜਦੋਂ ਮੈਂ ਗਿਣੇ ਇੱਕ ਨੋਟ ਵੱਧ ਸੀ, ਮੈਂ ਭਾਅ ਜੀ ਆ ਵੱਧ ਆ ਤੁਸੀਂ ਲੈ ਲਓ ਆਪਣੇ ਪੈਸੇ, ਅਤੇ ਇਸ ਤਰ੍ਹਾਂ ਹੀ ਸਾਨੂੰ ਅੱਧਾ ਕੁ ਘੰਟਾ ਅਸੀਂ ਬੈਠੇ ਹਾਂ ਉਹਨਾਂ ਦੇ ਘਰ। ਜਦੋਂ ਅਸੀਂ ਮਤਲਬ ਤੁਰਨ ਲੱਗੇ ਅਤੇ ਵੀਰ ਜੀ ਆਉਂਦੇ ਪੈਸੇ ਤੁਸੀਂ ਡਿੱਗੀ 'ਚ ਰੱਖ ਲਓ, ਭਾਬੀ ਡਿੱਗੀ 'ਚ ਰੱਖ ਲਓ ਪੈਸੇ ਤੁਸੀਂ, ਅਤੇ ਮੈਂ ਇੰਨੀ ਗੱਲ ਕਹਿ ਕੇ ਹਜੇ ਬਾਹਰ ਉਹਨਾਂ ਦੀ ਗਲੀ 'ਤੇ ਆਈ ਹਾਂ, ਅੱਗੋਂ ਮੋਟਰਸਾਈਕਲ ਵਾਲੇ ਮੁੰਡੇ ਮੈਨੂੰ ਵੇਖ ਕੇ ਇੱਧਰ ਬਾਹਰ ਨੂੰ ਆਏ ਆ ਕਿ ਇਹ ਆਉਣ ਡੇ ਆ ਉੱਧਰੋਂ, ਜਿਸ ਤਰ੍ਹਾਂ ਉਹਨਾਂ ਨੂੰ ਸਭ ਪਤਾ ਸੀ। ਅਸੀਂ ਆਪਣੇ ਮੋਬਾਈਲ ਹੱਥਾਂ 'ਚ ਫੜੇ, ਉਹਨਾਂ ਨੇ ਮੋਬਾਈਲ ਨਹੀਂ ਖੋਹੇ ਸਾਡੇ, ਸਾਡੇ ਕੋਲ ਕੋਈ ਗਹਿਣਾ ਨਹੀਂ, ਕੋਈ ਪੈਸਾ ਨਹੀਂ ਉਹਨਾਂ ਨੇ ਮੰਗਿਆ, ਸਿਰਫ ਐਕਟਿਵਾ ਦੀ ਚਾਬੀ ਲੈ ਕੇ ਚੱਲ ਗਏ ਨੇ, ਇੱਕ ਕੋਲ ਪਿਸਟਲ ਸੀ, ਇੱਕ ਕੋਲ ਦਫ਼ਤਰ ਸੀ। ਕਿੰਨੇ ਪੈਸੇ ਸੀ ਵਿੱਚ? 2.5 ਲੱਖ ਰੁਪਇਆ ਵੀਰ ਜੀ। ਅਤੇ ਕੋਈ ਐਕਟਿਵਾ ਮਿਲ ਗਈ ਤੁਹਾਡੀ? ਐਕਟਿਵਾ ਸਵੇਰੇ ਫੋਨ ਆਇਆ ਕਿਸੇ ਵੀਰ ਜੀ ਦਾ ਕਿ ਅਸੀਂ ਇੱਧਰ ਰੋਈ ਲਾਗੇ ਜਿਹੜਾ ਜਮਸਤਪੁਰਾ ਪਿੰਡ ਆ, ਅਸੀਂ ਉੱਧਰੋਂ ਲੰਘਣ ਦੇ ਸੀ ਮੰਡੀ ਵੱਲ ਨੂੰ ਕੋਈ ਕੰਮ ਸੀ, ਉੱਧਰੋਂ ਆਉਂਦੇ ਸੀ ਜਾਂਦੇ ਆ ਵੇਖੀ ਐਕਟਿਵਾ, ਫਿਰ ਅਸੀਂ ਆਉਂਦੇ ਆ ਵੇਖੀ ਅਤੇ ਤੁਹਾਨੂੰ ਕਾਲ ਕੀਤਾ ਵਿੱਚੋਂ ਕਾਗਜ਼ ਕੱਢ ਕੇ ਡਿੱਗੀ ਦਾ ਲੋਕ ਤੋੜ ਕੇ ਫਿਰ ਉਹਨਾਂ ਨੇ ਪੈਸੇ ਕੱਢੇ। ਬਾਕੀ ਵੀਰ ਜੀ, ਇਹ ਪੈਸਿਆਂ ਦੀ ਗੱਲ ਅਸੀਂ ਕਿਸੇ ਨਾਲ ਨਹੀਂ ਕੀਤੀ, ਇਹਨਾਂ ਨੂੰ ਪਤਾ ਸੀ ਕਿਸੇ ਨੇ ਸੂਹ ਦਿੱਤੀ ਅਤੇ ਪੈਸਿਆਂ ਦਾ ਪਤਾ ਸੀ ਉਹਨਾਂ ਨੂੰ। ਹੁਣ ਤੁਹਾਡੀ ਕੀ ਮੰਗ ਆ?
ਸਾਡੇ ਸਾਨੂੰ ਪੈਸੇ ਦਿੱਤੇ ਜਾਣ ਵਾਪਸ। ਕਿਤੇ ਸ਼ੱਕ ਹੋਵੇ ਸਾਨੂੰ ਇਹਨਾਂ ਦੀ ਜਿਨ੍ਹਾਂ ਨੇ ਪੈਸੇ ਦਿੱਤੇ ਆ। ਕੀ ਨਾਂ ਉਹਨਾਂ ਦਾ? ਹਾਂਜੀ ਰਿੰਕਾ ਵੀਰ ਜੀ। ਭਾਅ ਜੀ ਲੁੱਟਾਂ ਖੋਹਾਂ ਹੁੰਦੀਆਂ ਬਹੁਤ ਵਧੀਆ ਵਾ, ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ। ਦੂਸਰੀ ਗੱਲ ਇਹ ਆ, ਸਾਡੀ ਪ੍ਰਸ਼ਾਸਨ ਨੂੰ ਇਹ ਮੰਗ ਆ ਕਿ ਦੋਵੇਂ ਤਰ੍ਹਾਂ ਦੀ ਜਾਂਚ ਪੜਤਾਲ ਹੋ ਕੇ ਫਿਰ ਪਰਚਾ ਦਰਜ ਹੋਵੇ। ਦੂਸਰੀ ਗੱਲ ਇਹ ਆ, ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਦੇ ਹਾਂ ਇਹ ਡੈਂਪ ਚੁੱਕਿਆ ਜਾਵੇ। ਕ੍ਰਿਮੀਨਲ ਬੰਦਾ ਤਿੰਨ ਚੀਜ਼ਾਂ ਯੂਜ਼ ਕਰਦਾ, ਮੋਬਾਈਲ, ਕਮਿਊਨੀਕੇਸ਼ਨ ਔਰ ਵੈਪਨ, ਤਿੰਨੇ ਚੀਜ਼ਾਂ ਯੂਜ਼ ਹੋਈਆਂ। ਉਹ ਡੈਂਪ ਚੁੱਕਿਆ ਜਾਵੇ, ਕਿਹੜੇ ਨੰਬਰ ਉਦੋਂ ਇੱਥੇ ਚੱਲ ਰਹੇ ਸੀ, ਬਿਨਾਂ ਕਿਸੇ ਸੂਹ ਤੋਂ ਇਹ ਚੋਰੀ ਨਹੀਂ ਹੋਈ, ਬਸ ਇਹੋ ਹੀ ਕਹਿਣਾ ਚਾਹੁੰਦੇ ਹਾਂ ਜੀ। ਓਕੇ। ਸ਼ਾਮੀ ਲੇਡੀ ਜੀ ਪੈਸੇ ਲੈ ਕੇ ਆਈ ਸੀਗੀ ਆਪਣੇ ਐਕਟਿਵਾ 'ਤੇ, ਨਾਲ ਉਹਦੇ ਬੱਚੇ ਸੀਗੇ। ਹਾਂਜੀ। ਨਾਲ ਉਹਦੇ ਬੱਚੇ ਸੀਗੇ ਅਤੇ ਉਹ ਪੈਸੇ ਲੈ ਕੇ ਆਈ 2.5 ਲੱਖ ਰੁਪਈਆ। ਉਹਦੇ ਕੋਈ ਇੱਥੇ ਕਹਿੰਦੇ ਇੱਕ ਦਾਤਰ ਵਿਖਾ ਕੇ ਅਤੇ ਇੱਕ ਅਸਲੇ ਦਾ ਕੋਈ ਐਮਬੂਲੈਂਸ ਵਿਖਾਇਆ ਤਾਂ ਉਹ ਵਿਖਾ ਕੇ ਅਤੇ ਉਹ ਪੈਸੇ ਚੁੱਕ ਕੇ ਲੈ ਐਕਟਿਵਾ ਖੋ ਕੇ ਲੈ ਗਏ। ਐਕਟਿਵਾ ਜਿਹੜੀ ਉਹ ਮਿਲ ਗਈ ਹੈ, ਬਾਕੀ ਕੈਮਰਾ ਦੀ ਭਾਲ ਕੀਤੀ ਜਾ ਰਹੀ ਕੈਮਰਾ। ਅਤੇ ਕੀ ਕਾਰ ਮਤਲਬ ਕਿ ਹੁਣ ਪਰਚਾ ਤੁਸੀਂ ਕਰ ਲਿਆ? ਨਹੀਂ ਜੀ। ਅਤੇ ਨਹੀਂ ਕਾਰ ਵੀ ਜਾ ਕੈਮ? ਹਾਂ ਕਾਰ ਵੀ ਜਾਈ ਜੀ। ਕੈਮਰੇ ਦੇ ਵਿੱਚ ਆਏ ਕੁਛ ਬੰਦੇ? ਕੈਮਰੇ ਦੇ ਵਿੱਚ ਆ ਰਹੇ ਆ ਪਰ ਅਜੇ ਤਸਦੀਕ ਨਹੀਂ ਹੋਈ। ਹਾਦਸਾ ਹੋਇਆ ਕਿੱਥੇ ਆ, ਵਾਕਿਆ ਕਿੱਥੋਂ ਦਾ ਇਹ? ਇਹ ਸਾਹਮਣੇ ਗਲੀ ਦੇ ਵਿੱਚ, ਇਸੇ ਗਲੀ ਦਾ ਹੀ। ਇਹਦਾ ਕਿੰਨੇ ਘਟਨਾ? 2.5 ਲੱਖ ਰੁਪਏ। ਕਿੰਨੇ ਘਟਨਾ ਰਾਤ ਦੀ? ਇਹ 9:30 ਵਜੇ। 9:30 ਵਜੇ।